चलाओगे समुद्र ते उत्थे भी कोई नहीं लगता इत्थे राज आऊगा तुसी धर्म दा राज करोगे जां तुसी इत्थे डेमोक्रेसी लेके आओगे। सो इस करके सानू इह समझण दी लोड़ है खालसा जी इह सवाल सानू क्यों हुंदे ने खपे पक्की सजे पक्की हिंदुस्तान दे विच हुणे राहुल गांधी यात्रा कढ के हटिया जी भारत जोड़ो यात्रा। भारत जोड़ो यात्रा दा अर्थ की है भारत जुड़िया किवें है जदों सिखां नूं इह गल कही कि तुसी वंड दे वेले पाकिस्तान ना जाओ ते तुसी इधर आओ तुहानूं नॉर्थ इंडिया उत्तरी भारत दे विच इक सौ वर्ण खिता आजाद खिता देवांगे जिथे तुसी अपना धर्म मान सको। ते और कुछ दिनां बाद सरदार पटेल दा बयान आवे भी सिख जराइम पेशा कौम है ये भारत जोड़ो है साडा पानी लुटिया जावे सारे ही सूबे जिहड़े ने ਉਹ ਬੋਲੀ ਦੇ ਆਧਾਰ ਤੇ ਬਣਨ। ਗੁਜਰਾਤੀਆਂ ਨੂੰ ਇੱਕ ਦਿਨ ਅੱਧੇ ਘੰਟੇ ਦੀ ਜੇਲ੍ਹ ਨਹੀਂ ਕੱਟਣੀ ਪਈ ਗੁਜਰਾਤ ਬਣਾਉਣ ਵਾਸਤੇ, ਤਾਮਿਲਾਂ ਨੂੰ ਨਹੀਂ ਕੱਟਣੀ ਪਈ, ਦੂਜਿਆਂ ਨੂੰ ਨਹੀਂ ਕੱਟਣੀ ਪਈ, ਮਦਰਾਸੀਆਂ ਨੂੰ ਨਹੀਂ ਕੱਟਣੀ ਪਈ, ਜਿਹੜੇ ਮਰਾਠੇ ਨੇ ਉਹਨਾਂ ਨੂੰ ਨਹੀਂ ਕੱਟਣੀ ਪਈ। ਸਾਡੀ ਵਾਰੀ ਆਈ, 16 ਸਾਲ ਸਾਡੇ ਬਜ਼ੁਰਗਾਂ ਨੇ ਧੱਕੇ ਖਾਧੇ, ਸਾਡੇ ਬੱਚੇ ਕਤਲ ਕਰ ਦਿੱਤੇ ਛੋਟੇ ਛੋਟੇ। ਇਸ ਕਰਕੇ ਅਸੀਂ ਬੋਲੀ ਦੇ ਆਧਾਰ ਦੇ ਉੱਤੇ ਆਪਣਾ ਸੂਬਾ ਮੰਗਦੇ ਹਾਂ ਜਿਹੜਾ ਸਾਰਿਆਂ ਨੂੰ ਵੈਸੇ ਹੀ ਮਿਲ ਗਿਆ। ਜਿਹੜਾ ਰਿਪੇਰੀਅਨ ਕਾਨੂੰਨ ਜਿਸ ਕਾਨੂੰਨ ਦੇ ਤਹਿਤ ਹਿੰਦੁਸਤਾਨ ਚੀਨ ਕੋਲੋਂ ਪਾਣੀ ਲੈਂਦਾ, ਜਿਸ ਕਾਨੂੰਨ ਦੇ ਤਹਿਤ ਹਿੰਦੁਸਤਾਨ ਆਪਣੇ ਸੂਬਿਆਂ 'ਚ ਪਾਣੀ ਦੀ ਵੰਡ ਕਰਦਾ ਹੈ, ਜਿਸ ਕਾਨੂੰਨ ਦੇ ਤਹਿਤ ਹਿੰਦੁਸਤਾਨ ਪਾਕਿਸਤਾਨ ਨੂੰ ਪਾਣੀ ਦਿੰਦਾ, ਉਸ ਕਾਨੂੰਨ ਨੂੰ ਛਿੱਕੇ ਟੰਗ ਕੇ ਉਸੇ ਕਾਨੂੰਨ ਨੂੰ ਪੰਜਾਬ ਦਾ ਪਾਣੀ ਪੰਜਾਬ ਦੇ ਕੋਲੋਂ ਖੋਹ ਕੇ ਹਰਿਆਣਾ ਯੂਪੀ ਸੋਰੀ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਵੰਡਿਆ ਗਿਆ। ਉੱਥੋਂ ਯਮੁਨਾ ਲੰਘਦੀ ਹੈ, ਗੰਗਾ ਲੰਘਦੀ ਹੈ, ਗੰਗਾ ਦਾ ਪਾਣੀ ਪੰਜਾਬ ਨਾਲੋਂ ਚਾਰ ਗੁਣਾ ਸਾਰੇ ਪਾਣੀ ਨਾਲੋਂ ਅਣਵਰਤਿਆ ਸਮੁੰਦਰ 'ਚ ਡਿੱਗਦਾ ਹੈ। ਕਿਸੇ ਨੇ ਨੀ ਕਿਹਾ ਵੀ ਗੰਗਾ ਦਾ ਪਾਣੀ ਪੰਜਾਬ ਨੂੰ ਦੇ ਦਈਏ ਤੇ ਪਾਣੀ ਦੀ ਲੋੜ ਹੈ। ਜੇ ਗ੍ਰੀਨ ਰੈਵੋਲਿਊਸ਼ਨ ਦਾ ਐਕਸਪੈਰੀਮੈਂਟ ਕਰਨਾ ਸੀ ਤੇ ਪੰਜਾਬ ਦੀ ਧਰਤੀ ਵਰਤੀ ਗਈ, ਸਾਡਾ ਖਾਣ ਪੀਣ ਖਰਾਬ ਹੋਇਆ, ਪੰਜਾਬ ਅੱਜ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਪਹੁੰਚ ਗਿਆ ਕੈਂਸਰ ਦੇ ਮਸਲਿਆਂ ਦੇ ਵਿੱਚ। ਹੁਣ ਦੱਸੋ ਇਹ ਜਿਹੜਾ ਭਾਰਤ ਜੋੜੋ ਹੈ ਤੁਹਾਡਾ, ਫਿਰ ਜਦੋਂ ਅਸੀਂ ਹੱਕ ਮੰਗੇ ਅਨੰਦਪੁਰ ਦਾ ਮਤਾ ਬਣਾਇਆ, ਅਨੰਦਪੁਰ ਦੇ ਮਤੇ 'ਚ ਸਾਰੇ ਸੂਬਿਆਂ ਦੀ ਭਲਾਈ ਸੀ, ਸਾਰਿਆਂ ਦਾ ਸੱਭਿਆਚਾਰ ਬਚੇ, ਸਾਰੇ ਆਪੋ ਆਪਣੇ ਖਿੱਤੇ ਦੇ ਮਾਲਕ ਹੋਣ, ਉਸ ਮਤੇ ਨੂੰ ਇਹਨਾਂ ਵੱਖਵਾਦੀ ਮਤਾ ਕਹਿ ਕੇ ਤੇ ਸਾਡੇ ਤੇ ਟੈਂਕ ਚਾੜੇ, ਸਾਡੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਇਹ ਭਾਰਤ ਜੋੜੋ ਸੀ। ਜਦੋਂ ਸਾਡੇ ਨੌਜਵਾਨਾਂ ਨੂੰ ਪਿੰਡਾਂ 'ਚੋਂ ਕੋਹ ਕੋਹ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, 16-16 ਸਾਲਾਂ ਦੇ ਨੌਜਵਾਨ ਉਹ ਤੁਹਾਡੇ ਜਿਹੜੇ ਨੌਜਵਾਨ ਸਨ ਛੋਟੇ ਛੋਟੇ, ਜਿਹੜੇ ਘਰੋਂ ਪੱਠੇ ਵੱਢਣ ਗਏ, ਜਿਹੜੇ ਸਕੂਲੇ ਗਏ, ਜਿਹਨਾਂ ਨੂੰ ਰਾਹ 'ਚ ਫੜ ਕੇ ਮੁਕਾਬਲਾ ਬਣਾ ਕੇ ਤੇ ਆਪਣੇ ਮੈਡਲ ਗਲਾਂ 'ਚ ਪਵਾ ਲਏ ਤੇ ਇਹ ਕਹਿ ਦਿੱਤਾ ਵੀ ਬੜਾ ਤਕੜਾ ਅੱਤਵਾਦੀ ਮਾਰਿਆ, ਇਹ ਸੀ ਭਾਰਤ ਜੋੜੋ। ਉਸ ਤੋਂ ਬਾਅਦ ਦਿੱਲੀ ਦੀਆਂ ਗਲੀਆਂ ਸੜਕਾਂ ਦੇ ਵਿੱਚ ਹਜ਼ਾਰਾਂ ਸਿੱਖ ਬੀਬੀਆਂ ਦਾ ਤਿੰਨ ਦਿਨ ਲਗਾਤਾਰ ਬਲਾਤਕਾਰ ਕੀਤਾ ਗਿਆ, ਇਹ ਭਾਰਤ ਜੋੜੋ ਸੀ। ਜਿਹਨੇ ਇਹ ਕੀਤਾ ਉਹਦਾ ਪੁੱਤਰ ਅੱਜ ਕਹਿੰਦਾ ਮੈਂ ਭਾਰਤ ਜੋੜਨਾ। ਮੇਰਾ ਸਵਾਲ ਇਹ ਹੈ ਵੀ ਜਿਹੜਾ ਗੁਨਾਹ ਤੁਸੀਂ ਕੀਤਾ ਉਹਦੀ ਅੱਜ ਤੱਕ ਸੁੱਕੀ ਮਾਫੀ ਪਰਿਵਾਰ ਵੱਲੋਂ ਨਹੀਂ ਮੰਗੀ ਗਈ, ਜੇ ਮਾਫੀ ਮੰਗਾਉਣ ਦੀ ਵਾਰੀ ਆਈ ਤੇ ਖਾਲਸਾ ਜੀ ਇਹ ਕਹਿੰਦੇ ਮਨਮੋਹਨ ਸਿੰਘ ਨੂੰ ਅੱਗੇ ਕਰ ਦਿਓ। ਇੱਕ ਸਿੱਖ ਸਿੱਖ ਕਤਲੇਆਮ ਦੀ ਮਾਫੀ ਮੰਗ ਰਿਹਾ ਸਿੱਖਾਂ ਦੇ ਕੋਲੋਂ, ਇਹ ਗੁਲਾਮੀ ਦੀ ਦਸ਼ਾ। ਫਿਰ ਇਹ ਨਾ ਮੰਨ ਲਿਆ ਕਰੀਏ, ਕਈ ਇੱਥੇ ਕਹਿ ਦਿੰਦੇ ਵੀ ਦੇਖੋ ਜੀ ਸਾਡਾ ਤੇ ਪ੍ਰਧਾਨ ਮੰਤਰੀ ਬਣ ਗਿਆ, ਸਾਡਾ ਰਾਸ਼ਟਰਪਤੀ ਬਣ ਗਿਆ, ਸਾਡੇ ਫੌਜ ਦੇ ਜਨਰਲ ਕਰਨਲ ਬਣ ਗਏ ਨੇ, ਸਾਡੇ ਭਾਜਪਾ ਦੀ ਗੁਲਾਮੀ ਹੈ। ਉਹਦਾ ਇੱਕੋ ਇੱਕ ਜਵਾਬ ਹੈ, ਜਿਹੜਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ, ਹਿੰਦੁਸਤਾਨ 'ਚ ਸਭ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਦਾ ਅਹੁਦਾ ਹੈ। 84 ਦੇ ਵਿੱਚ ਭੀੜ ਨੇ ਰੇਹੜੀਆਂ ਲਾਉਣ ਵਾਲਿਆਂ ਨੇ ਰਾਸ਼ਟਰਪਤੀ ਦੀ ਗੱਡੀ ਤੇ ਹਮਲਾ ਕਰ ਦਿੱਤਾ, ਇਹ ਸਿੱਖ ਰਾਸ਼ਟਰਪਤੀ ਦੀ ਔਕਾਤ ਹੈ। ਬਹੁ ਗਿਣਤੀ ਜੇ ਸਿੱਖਾਂ ਨੂੰ ਸਤਿਕਾਰ ਦਿੰਦੀ ਹੈ ਤੇ ਆਪਣੇ ਮਤਲਬ ਨੂੰ ਦਿੰਦੀ ਹੈ। ਏਅਰ ਮਾਰਸ਼ਲ ਅਰਜਨ ਸਿੰਘ ਵਰਗਿਆਂ ਨੂੰ ਇਹਨਾਂ ਨੇ ਮੈਡਲ ਦਿੱਤੇ, ਪਰ ਜਦੋਂ ਮੂਡ ਬਣਿਆ ਉਹਦੇ ਘਰ ਤੇ ਭੀੜ ਚੜ ਕੇ ਗਈ ਤੇ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਿੰਨੇ ਸਿੱਖ ਫੌਜੀ ਜਿਹੜੇ ਸੀ ਇਹਨਾਂ 84 ਦੇ ਵਿੱਚ ਟ੍ਰੇਨਾਂ 'ਚੋਂ ਕੱਢ ਕੱਢ ਕੇ ਮਾਰੇ। ਸੋ ਸਵਾਲ ਇਹ ਹੈ ਵੀ ਅਸੀਂ ਬੰਦੀ ਸਿੰਘਾਂ ਦਾ ਸੰਘਰਸ਼ ਲੜਨਾ ਹੈ, ਬਸ਼ਰਤੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਸਾਡੇ ਸਿੱਖ ਬਾਹਰ ਆਉਣੇ ਚਾਹੀਦੇ ਨੇ, ਪਰ ਇਸ ਗੱਲ ਦੇ ਵਿੱਚ ਅਸੀਂ ਖਾਲਿਸਤਾਨ ਦੇ ਸੰਘਰਸ਼ ਦੇ ਨਾਲ, ਆਜ਼ਾਦੀ ਦੇ ਸੰਘਰਸ਼ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ।
ਇਹ ਸਾਨੂੰ ਕਹਿੰਦੇ ਦੇਖੋ ਇੱਥੇ ਸਾਨੂੰ ਬੜੇ ਹਵਾਲੇ ਦਿੱਤੇ ਜਾਂਦੇ ਨੇ ਆ ਕੁਝ ਇੱਥੇ ਮੈਂ ਪੋਸਟਰ ਵੇਖੇ ਨੇ ਸੰਵਿਧਾਨ ਹੱਕ ਹੈ ਬੰਦੀ ਸਿੰਘਾਂ ਨੂੰ ਛਡਾਉਣਾ ਕਹਿੰਦੇ ਸਾਡਾ ਸੰਵਿਧਾਨ ਹੱਕ ਹੈ ਕਿਹੜਾ ਸੰਵਿਧਾਨ ਭਾਈ ਜਿਸ ਸੰਵਿਧਾਨ ਤੇ ਸਿੱਖਾਂ ਨੇ ਸਹਿਣ ਨਹੀਂ ਕੀਤੇ ਉਹ ਸੰਵਿਧਾਨ ਹੱਕ ਹੈ ਸੰਵਿਧਾਨ ਇਹ ਪੰਜਾਂ ਮਿੰਟਾਂ ਚ ਬਦਲ ਦਿੰਦੇ ਨੇ ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ ਧਾਰਾ 25 ਬਦਲਣ ਲਈ ਸਿੱਖਾਂ ਨੇ ਲੰਮਾ ਸੰਘਰਸ਼ ਕੀਤਾ ਅਜੇ ਤੱਕ ਉਹ ਬਦਲੀ ਨਹੀਂ ਕਸ਼ਮੀਰ ਦਾ 370 ਤੋੜਨਾ ਸੀ ਆਰਟੀਕਲ ਇਕੱਠੇ ਹੋਏ ਤੋੜ ਕੇ ਉਹ ਮਾਰਿਆ ਕਿਸੇ ਨੇ ਕੋਈ ਸਵਾਲ ਨਹੀਂ ਜੇ ਕਿਸੇ ਨੇ ਅੱਗੇ ਆਵਾਜ਼ ਚੁੱਕੀ ਉੱਥੇ ਫੌਜ ਲਾ ਕੇ ਲੋਕਾਂ ਨੂੰ 1.5 ਸਾਲ ਕਰਫਿਊ ਚ ਰੱਖਿਆ 1.5 ਸਾਲ ਲੋਕਾਂ ਦੀ ਨਜ਼ਰਬੰਦੀ ਕੀਤੀ ਹੈ ਸੋ ਇਸ ਕਰਕੇ ਸੰਵਿਧਾਨ ਸੰਵਿਧਾਨ ਦੇ ਰੋਣੇ ਨਾ ਰੋਇਆ ਕਰੀਏ ਆਪਾਂ ਇਹ ਨਾ ਕਰਿਆ ਕਰੀਏ ਵੀ ਸੰਵਿਧਾਨ ਦੀ ਰਾਖੀ ਕਰ ਰਹੀ ਹੈ ਕਈ ਇੱਥੇ ਬੈਠੇ ਕਹੀ ਜਾਂਦੇ ਸੰਵਿਧਾਨ ਦੀ ਰਾਖੀ ਕਰ ਰਹੇ ਹਾਂ ਜੀ ਕਿਹੜੇ ਸੰਵਿਧਾਨ ਦੀ ਰਾਖੀ ਜਿਸ ਸੰਵਿਧਾਨ ਨੂੰ ਇਹ ਨਾ ਦਿਖਿਆ ਵੀ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਹੈ ਕਿਹੜੇ ਕਾਨੂੰਨ ਤਹਿਤ ਹੋਈ ਹੈ 1.5 ਲੱਖ ਨੌਜਵਾਨ ਸੰਵਿਧਾਨ ਨੂੰ ਚੇਤਾ ਨਾ ਆਇਆ ਵੀ ਸਾਡੇ ਸਿੱਖਾਂ ਦੇ ਪੋਤੇ ਮਰ ਰਹੇ ਨੇ ਤੇ ਅਸੀਂ ਠੇਕਾ ਲਿਆ ਸੰਵਿਧਾਨ ਬਚਾਉਣ ਦਾ ਜਿਨ੍ਹਾਂ ਦਾ ਸੰਵਿਧਾਨ ਹੈ ਉਹ ਬਚਾਉਣ ਨਾ ਬਚਾਉਣ ਸਾਡਾ ਸੰਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਸਾਨੂੰ ਕਿਸੇ ਹੋਰ ਨੂੰ ਬਚਾਉਣ ਦੀ ਲੋੜ ਨਹੀਂ ਸੋ ਅੱਜ ਵੀ ਇੱਥੇ ਆਪਾਂ ਕਾਮਰੇਡਾਂ ਦੀਆਂ ਗੱਲਾਂ ਨਹੀਂ ਕਰਨੀਆਂ ਨਾ ਚੱਲਣ ਦੇਣੀਆਂ ਉਹ ਗੱਲਾਂ ਕੀ ਹੁੰਦੀਆਂ ਮਸਲਾ ਸਿੱਖਾਂ ਦਾ ਇੱਥੇ ਕਹਿ ਦਿੰਦੇ ਵੀ ਨਹੀਂ ਸਿੱਖਾਂ ਦੀ ਗੱਲ ਨਾ ਕਰਿਓ ਇਕੱਲਿਆਂ ਦੀ ਇਹਦੇ ਨਾਲ ਮਸਲਾ ਵੱਖਵਾਦੀ ਬਣ ਜਾਊ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਅੱਗ ਲੱਗੀ ਹੋਵੇ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਐਂਬੂਲੈਂਸ ਵਾਲਿਆਂ ਨੂੰ ਫੋਨ ਕਰੋ ਉਹਨਾਂ ਨੂੰ ਕਹੋਗੇ ਨਾ ਵੀ ਫਲਾਣੇ ਘਰ 'ਚ ਅੱਗ ਲੱਗੀ ਹੈ ਕਹਿ ਦੋ ਕਿ ਸਾਰਿਆਂ 'ਚ ਲੱਗੀ ਉਹ ਘਰ ਦਾ ਪਤਾ ਦੱਸਣਾ ਪਊ ਉਹ ਬੰਦੇ ਦਾ ਨਾਂ ਦੱਸਣਾ ਪਊ ਅੱਜ ਜੇ ਅਸੀਂ ਸਿੱਖਾਂ ਦੀ ਗੱਲ ਕਰਨੀ ਹੈ ਸਿੱਖਾਂ ਤੇ ਜ਼ੁਲਮ ਹੋ ਰਿਹਾ ਤਾਂ ਉਹਨਾਂ ਦੀ ਕਰਾਂਗੇ ਸਾਨੂੰ ਠੇਕਾ ਨਹੀਂ ਅਸੀਂ ਲਿਆ ਵੀ ਅਸੀਂ ਦੁਨੀਆ ਭਰ ਦੀਆਂ ਦੂਜੀਆਂ ਕੌਮਾਂ ਦਾ ਵੀ ਬੋਝ ਚੁੱਕੀ ਫਿਰੀਏ ਸਾਡਾ ਕੋਈ ਰਾਜ ਭਾਗ ਨਹੀਂ ਜਦੋਂ ਰਾਜ ਆਊਗਾ ਫਿਰ ਅਸੀਂ ਲੋਕਾਂ ਨੂੰ ਸ਼ਰਨ ਦੇਣ ਦੇ ਕਾਬਲ ਵੀ ਹੋ ਜਾਵਾਂਗੇ ਅੱਜ ਅਸੀਂ ਕਿਹੜੇ ਬਣਾ ਤੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਐਕਟਿਵਿਜ਼ਮ ਕਰੋ ਤੁਸੀਂ ਮੋਰਚੇ ਲਾਓ ਪਰ ਸਿੱਖਾਂ ਦੇ ਨਾਂ ਤੇ ਇਕੱਲੇ ਮੋਰਚੇ ਨਾ ਲਾਓ ਨਹੀਂ ਤੇ ਅਸੀਂ ਹਾਜ਼ਰੀ ਨਹੀਂ ਭਰਨੀ ਜਿੰਨੇ ਭਰਨੀ ਆ ਭਰੇ ਜਿੰਨੇ ਹਾਜ਼ਰੀ ਨਹੀਂ ਭਰਨੀ ਨਾ ਭਰੇ ਜਿੰਨੇ ਹਾਜ਼ਰੀ ਨਹੀਂ ਭਰਨੀ ਉਹ ਬਸ਼ੱਕ ਨਾ ਭਰੇ ਪਰ ਇੱਥੇ ਅਸੀਂ ਸਿੱਖਾਂ ਦੀ ਗੱਲ ਕਰਨੀ ਹੈ ਇਹ ਫਰਜ਼ ਬਣਦਾ ਸਾਰੀਆਂ ਕੌਮਾਂ ਦਾ ਵੀ ਸਿੱਖਾਂ ਦੇ ਨਾਲ ਖੜਨ ਇਹ ਸਾਰੀਆਂ ਕੌਮਾਂ ਦਾ ਫਰਜ਼ ਬਣਦਾ ਕਿਉਂਕਿ ਅਸੀਂ ਹਰ ਇੱਕ ਦੇ ਨਾਲ ਲੋੜ ਪੈਣ ਤੇ ਖੜੇ ਹਾਂ।